जी भाई सारे सत श्री अकाल। मैं हाँ कुलतार सिंह, तो तुम वेख रहे हो मेरा यूट्यूब चैनल है गुरी टूरिज्म। इटली जाने वाले वास्ते बहुत वड्डी खुशखबरी। तुहानू सबनू पता कि जिहड़ा इटली ने सीजनल पेपर हीगे वो 27 तरीक दे ओपन करते आ, दिसंबर तक इहदी तरीक आ। हुण सवाल है कि तुसीं ये पेपर आप किवें भर सकदे हो, अपने लैपटॉप तों जां अपने मोबाइल तों। तो वीडियो नू अखीर तक जरूर वेखियो, तुहानू मैं दसदा भी किहड़ियां किहड़ियां वैबसाइट्स ने जिथे जाके तुसीं अपना अप्लाई कर सकदे हो जॉब दे वास्ते, ते तुसीं अपने तौर ते इटली जा सकदे हो बड़े घट खर्चे दे विच। जिन्हां ने अज तक चैनल नू सबसक्राइब नहीं किया, चैनल नू सबसक्राइब कर लिओ मेरा वीर। ते मैं दो वीडियो पहला भी इटली बारे बनाइया, इधर आई बटन के उपर वीडियो आ रही है, तुसीं जाके वेख लिओ भी जिन्हां दे पेपर निकल आउणे आ उन्हां नू किहड़े किहड़े डॉक्यूमेंट चाहीदे आ ते अप्लाई करन दे वास्ते। वो मैं वीडियो दे विच सारी जानकारी दित्ती आ कि किहड़े किहड़े डॉक्यूमेंट लै के तुसीं फिर अंबैसी जाणा ते अपना वीज़ा लवाउणा। ते हुण आपां गल करदे आ जिहड़े सीजनल पेपर ने ओपन हो चुके ने 27 तरीक दे, बहुतिआं नूं पता पर सर्च ज़्यादा लोग कर रहे भी किदा आप अप्लाई करिए, एजेंटा तो किदा बचिए। तो तुम मेरे हिसाब नाल अपना लखा रुपया बचा सकते हो, खुद भी अप्लाई कर सकते हो। उहदे वास्ते तुहानूं सिर्फ आ दो डॉक्यूमेंट चाहिए आ जिहड़े तुसीं पहलां तैयार कर लैने आ। एक तुसीं अपना CV बनाउणा जिहनूं रिज्यूम कहिंदे आ, CV बना लैणा, बना के ते एक कवर लैटर। कई ना मैनूं इंस्टाग्राम ते वीर मैसेज करदे आ भी CV ਦੇ ਵਿੱਚ ਕੀ ਲਿਖਣਾ ਜਾਂ ਕਵਰ ਲੈਟਰ 'ਚ, ਅਤੇ ਮਤਲਬ ਇਹ ਤੁਸੀਂ ਆਪਣੇ ਬਾਰੇ ਜਾਣਕਾਰੀ ਦੇਣੀ ਉਹਦੇ ਵਿੱਚ। ਕਈ ਕਹਿੰਦੇ ਜੀ ਅਸੀਂ ਤਾਂ ਐਗਰੀਕਲਚਰ ਦੇ ਨਾਲ ਰਿਲੇਟਡ ਨੇ, ਸਾਨੂੰ ਤਾਂ ਫਾਰਮਿੰਗ ਆਉਂਦੀ ਹੈ, ਅਤੇ ਉਹਨੂੰ ਕਿੱਦਾਂ ਐਕਸਪਲੇਨ ਕਰੀਏ। ਇਹਦੇ ਵਿੱਚ ਵੇਖੋ ਤੁਸੀਂ ਜੇ ਤੁਸੀਂ ਹੈਲਪਰ ਜਾ ਰਹੇ ਹੋ ਐਗਰੀਕਲਚਰ ਦੇ ਵਿੱਚ, ਤਾਂ ਤੁਸੀਂ ਕਈ ਚੀਜ਼ਾਂ ਐਡ ਕਰ ਸਕਦੇ ਜੋ, ਇਹ ਤੁਹਾਡੇ 'ਤੇ ਹੈ ਵੀ ਤੁਸੀਂ CV ਨੂੰ ਕਿੱਦਾਂ ਵਧੀਆ ਬਣਾਉਣਾ। ਜਾਂ ਤਾਂ ਸਿੱਧਾ ਲਿਖ ਦਿਓ ਮੈਂ ਖੇਤੀਬਾੜੀ ਕੰਮ ਕਰ ਸਕਦਾ, ਇੱਕ ਤਾਂ ਇਹ ਚੀਜ਼ ਹੋ ਗਈ। ਹੁਣ ਇਹਨੂੰ ਤੁਸੀਂ ਹੋਰ ਵਧੀਆ ਤਰੀਕੇ ਨਾਲ ਕਰਨਾ, ਤਾਂ ਉਹ ਇੱਦਾਂ ਮੈਂ ਖਾਦ ਵੀ ਪਾ ਲੈਂਦਾ, ਮੈਂ ਦਵਾਈਆਂ ਪਾਉਣੀਆਂ ਮੈਨੂੰ ਆਉਂਦੀਆਂ, ਮੈਨੂੰ ਜ਼ਮੀਨ ਵਾਹੁਣੀ ਆਉਂਦੀ ਆ, ਮੈਨੂੰ ਦਵਾਈਆਂ ਦੇ ਬਾਰੇ ਪਤਾ ਵੀ ਕਿਹੜੀ ਦਵਾਈ ਕਿਹੜੀ ਬਿਮਾਰੀ 'ਤੇ ਕਿਹੜੀ ਦਵਾਈ ਪੈਣੀ ਆ, ਠੀਕ ਹੈ ਜੀ। ਇੱਦਾਂ ਦੀਆਂ ਗੱਲਾਂ ਜਿੱਦਾਂ ਮੈਂ ਸਬਜ਼ੀ ਲਾ ਲੈਂਦਾ, ਸਬਜ਼ੀ ਨੂੰ ਗੋੜ ਲੈਂਦਾ, ਮੈਨੂੰ ਬਾਅਦ ਦੇ ਵਿੱਚ ਫਸਲ ਜਾਂ ਸਬਜ਼ੀਆਂ ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਸਟੋਰ ਕਿਵੇਂ ਕਰਨਾ, ਇਹਨਾਂ ਦੀ ਦੇਖਭਾਲ ਕਿਵੇਂ ਕਰਨੀ ਆ, ਇਹ ਸਾਰੀਆਂ ਚੀਜ਼ਾਂ ਤੁਸੀਂ ਉਹਦੇ ਵਿੱਚ ਮੈਂਸ਼ਨ ਕਰ ਸਕਦੇ ਹੋ ਆਪਣੇ CV ਦੇ ਵਿੱਚ, ਤਾਂ ਕਿ ਤੁਹਾਨੂੰ ਕਲੀਅਰ ਹੋ ਜਾਵੇ ਵੀ ਹਾਂ ਵੇਖਣ ਵਾਲੇ ਨੂੰ ਕਲੀਅਰ ਹੋ ਜਾਵੇ ਵੀ ਹਾਂ ਇਹ ਬੰਦੇ ਨੂੰ ਨਿੱਕਾ ਨਿੱਕਾ ਕੰਮ ਵੀ ਜਿਹੜਾ ਐਗਰੀਕਲਚਰ ਨਾਲ ਜਾਂ ਫਾਰਮਿੰਗ ਨਾਲ ਰਿਲੇਟਡ ਆ, ਇਹਨੂੰ ਸਾਰਾ ਕੰਮ ਆਉਂਦਾ। ਤੁਸੀਂ ਇਸ ਤਰੀਕੇ ਨਾਲ ਆਪਣਾ ਜਿਹੜਾ ਉਹ ਕਵਰ ਲੈਟਰ ਦੇ ਵਿੱਚ ਲਿਖ ਸਕਦੇ ਹੋ ਕਿ ਮੈਂ ਇੰਨੇ ਚਿਰ ਤੋਂ ਕੰਮ ਕਰ ਰਿਹਾ ਇਸ ਫੀਲਡ ਦੇ ਵਿੱਚ, ਅਤੇ ਆਪਣਾ CV ਬਣਾ ਕੇ, ਅਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਹਨੂੰ CV ਨੂੰ ਇੰਗਲਿਸ਼ ਵੀ ਬਣਾ ਲਿਓ, ਅਤੇ ਇਹਨੂੰ ਗੂਗਲ ਟਰਾਂਸਲੇਟ ਆ ਜਿਹੜੀ ਤੁਸੀਂ ਐਪ ਵੇਖ ਰਹੇ ਹੋ ਨਾ ਸਕਰੀਨ 'ਤੇ, ਇਸ ਐਪ ਦੇ ਵਿੱਚ ਜਾ ਕੇ ਜੇ ਇਹਨੂੰ ਤੁਸੀਂ ਇਟਾਲੀਅਨ ਦੇ ਵਿੱਚ ਵੀ ਤੁਸੀਂ ਜਿਹੜਾ ਉਹਨੂੰ ਟਰਾਂਸਲੇਟ ਕਰ ਲੈਣਾ CV ਨੂੰ ਵੀ, ਅਤੇ ਆਪਣੇ ਕਵਰ ਲੈਟਰ ਨੂੰ ਵੀ, ਦੋਵਾਂ ਨੂੰ ਟਰਾਂਸਲੇਟ ਕਰਕੇ ਇਟਾਲੀਅਨ ਦੇ ਵਿੱਚ, ਅਤੇ ਆਪਣਾ PDF ਬਣਾ ਕੇ ਆਪਣੇ ਕੋਲ ਰੱਖ ਲਓ। ਅਤੇ ਹੁਣ ਵੈਬਸਾਈਟਸ ਜਾ ਕੇ ਤੁਸੀਂ, ਤੁਹਾਨੂੰ ਮੈਂ ਦੱਸਦਾ ਜਿਹੜੀਆਂ ਇਹ ਵੈਬਸਾਈਟ ਨੇ ਇਹਨਾਂ 'ਤੇ ਜਾ ਕੇ ਉੱਪਰ ਤੁਸੀਂ ਅਪਲਾਈ ਕਰਨਾ। ਤਕਰੀਬਨ ਉੱਥੇ ਤੁਸੀਂ ਵੇਖੋਗੇ ਲੋਕਾਂ ਨੇ ਪਾਇਆ ਹੁੰਦਾ ਵੀ ਸਾਨੂੰ ਆ ਵਰਕਰ ਚਾਹੀਦਾ, ਹੈਲਪਰ ਚਾਹੀਦਾ, ਅਤੇ ਜਿਹੜੀ ਉੱਥੇ ਰਿਕੁਆਇਰਮੈਂਟ ਹੋਊਗੀ ਤੁਸੀਂ ਆਪਣਾ CV ਉਹਨਾਂ ਨੂੰ ਭੇਜ ਦਿਓ। ਅਤੇ ਇਹ ਨਹੀਂ ਵੀ ਇੱਕ CV ਇੱਕੋ ਹੀ ਮਤਲਬ ਮਾਲਕ ਨੂੰ ਭੇਜਣਾ, ਇੱਕ ਵੈਬਸਾਈਟ 'ਤੇ ਤੁਸੀਂ ਕਈ ਤੁਹਾਡੇ ਮਾਲਕ ਉਹਨਾਂ ਨੇ ਪਾਇਆ ਹੋਣਾ ਕੰਪਨੀਆਂ ਨੇ ਵੀ ਸਾਨੂੰ ਬੰਦੇ ਚਾਹੀਦੇ ਆ, ਸੋ ਉਹਨਾਂ ਸਾਰੀਆਂ ਕੰਪਨੀਆਂ ਨੂੰ ਭੇਜੋ, ਭਾਵੇਂ 35 40 50 ਨੇ, ਉਹਨਾਂ ਸਾਰਿਆਂ ਨੂੰ ਆਪਣਾ CV ਭੇਜ ਦਿਓ ਜਿਨ੍ਹਾਂ ਨੇ ਐਗਰੀਕਲਚਰ ਬਾਰੇ ਜੇ ਤੁਸੀਂ ਬਣਾਇਆ, ਤਾਂ ਜੇ ਤੁਸੀਂ ਐਗਰੀਕਲਚਰ ਦਾ ਹੀ ਤੁਹਾਡੇ ਕੋਲ CV ਆ ਤਾਂ ਉਹਨਾਂ ਨੂੰ ਐਗਰੀਕਲਚਰ ਵਾਲਿਆਂ ਨੂੰ ਭੇਜੋ, ਇਹ ਨਹੀਂ ਤੁਸੀਂ ਹੋਟਲ ਲਾਈਨ ਵਾਲਿਆਂ ਨੂੰ ਭੇਜੀ ਜਾਓ ਜਾਂ ਤੁਸੀਂ ਕਿਤੇ ਹੋਰ ਨੂੰ IT ਡਿਪਾਰਟਮੈਂਟ ਨੂੰ ਭੇਜੀ ਜਾਓ, ਉਹ ਨਹੀਂ ਆਪਣੀ ਫੀਲਡ ਨਾਲ ਰਿਲੇਟਡ ਜਿਹੜਾ ਉਹਨੂੰ ਤੁਸੀਂ ਆਪਣਾ CV ਭੇਜੋ, ਅਤੇ ਤੁਹਾਨੂੰ ਉੱਧਰੋਂ ਫਿਰ ਉਹ ਕਨਫਰਮੇਸ਼ਨ ਤੁਹਾਡੀ ਕਿਸਮਤ ਆ, ਜਦੋਂ ਦਰਵਾਜ਼ਾ ਖੁੱਲ੍ਹ ਗਿਆ ਸਮਝੋ ਤੁਹਾਨੂੰ ਉੱਦਣ ਹੀ ਉਹਨਾਂ ਨੇ ਮੇਲ ਕਰ ਦੇਣੀ ਆ, ਅਤੇ ਆਪਣਾ ਕੰਟੈਕਟ ਨੰਬਰ ਮੇਲ ਵਗੈਰਾ ਆਪਣੀ ਪ੍ਰੋਪਰ ਜਿਹੜੀ ਸਹੀ ਤਰੀਕੇ ਦੀ ਉਹ ਤੁਸੀਂ ਉਹਦੇ ਵਿੱਚ ਪਾਉਣੀ ਆ ਆਪਣੇ CV ਦੇ ਵਿੱਚ। ਕਈਆਂ ਨੇ ਵੀ ਹੁੰਦਾ ਵੀ CV 'ਚ ਕੀ ਲਿਖੀਏ, CV 'ਚ ਸਭ ਤੋਂ ਪਹਿਲਾਂ ਆਪਣੀ ਮੇਨ ਡਿਟੇਲ ਤੁਹਾਡੀ ਜਿੱਦਾਂ ਨਾਮ ਹੋ ਗਿਆ, ਤੁਹਾਡਾ ਪਤਾ ਹੋ ਗਿਆ, ਪਾਸਪੋਰਟ ਨੰਬਰ ਹੋ ਗਿਆ, ਤੁਹਾਡਾ ਕੀ ਪ੍ਰੋਫੈਸ਼ਨ ਕੀ ਆ, ਕੀ ਕੰਮ ਕਰਦੇ ਹੋ, ਇਹਦੇ ਬਾਰੇ ਬਾਕੀ ਪਤਾ ਹੁੰਦਾ ਸਾਰਿਆਂ ਨੂੰ ਅੱਜ ਕੱਲ੍ਹ ਵੀ ਕਿੱਦਾਂ ਕਿੱਦਾਂ CV ਬਣਾਉਣਾ। ਕਵਰ ਲੈਟਰ ਵੀ ਸੇਮ ਚੀਜ਼ ਆ, ਤੁਸੀਂ ਆਪਣੇ ਬਾਰੇ ਦੱਸਣਾ ਕਵਰ ਲੈਟਰ ਦੇ ਵਿੱਚ, ਸਾਰੇ ਸਾਰੀ ਡਿਟੇਲ ਦੱਸਣੀ ਆ, ਅਤੇ ਫਿਰ ਇਹਨਾਂ ਇਹ ਵੈਬਸਾਈਟਸ ਦੇ ਉੱਪਰ ਜਾ ਕੇ ਇੱਥੇ ਤੁਸੀਂ ਆਪਣਾ ਅਪਲਾਈ ਕਰੋ 10 15 20 40 50 ਵਾਰੀ, ਸਾਰਿਆਂ ਨੂੰ ਜਾ ਕੇ ਤੁਸੀਂ ਆਪਣਾ ਰਿਜ਼ਿਊਮ ਭੇਜੀ ਜਾਓ, ਅਤੇ ਮਾਲਕ ਫਿਰ ਦੇਖੇਗਾ ਕਿ ਜਿਹਨੂੰ ਪਸੰਦ ਆ ਗਿਆ ਤੁਹਾਡਾ CV ਵੀ, ਹਾਂ ਆਹ ਬੰਦਾ ਮੈਨੂੰ ਲੱਗਦਾ ਵੀ ਇਹ ਬੰਦਾ ਕੰਮ ਕਰ ਸਕਦਾ, ਫਿਰ ਤੁਹਾਨੂੰ ਉੱਧਰੋਂ ਪੇਪਰ ਭੇਜੇਗਾ। ਅਤੇ ਦੂਜੀ ਗੱਲ ਆ, ਅਤੇ ਇੱਕ ਨਾ ਇਹ 'ਚ ਹੋਰ ਤਰੀਕਾ ਚੱਲਦਾ, ਇਹਦੇ ਵਿੱਚ ਜਿੱਦਾਂ ਮੰਨ ਲਓ ਹੁਣ ਇੱਕ ਵੈਬਸਾਈਟ ਆ, ਅਤੇ ਉਸ ਵੈਬਸਾਈਟ ਦੇ ਉੱਪਰ ਮੰਨ ਲਓ ਇੱਕ ਜੋਬ ਪਈ ਆ, ਵੈਕੈਂਸੀ ਪਈ ਆ, ਠੀਕ ਹੈ, ਅਤੇ ਜਿਹੜੇ ਉੱਧਰ ਬੰਦੇ ਰਹਿੰਦੇ ਆ ਨਾ ਜਿਨ੍ਹਾਂ ਨੇ ਉੱਧਰ ਰਹਿੰਦੇ ਬੰਦੇ, ਉਹਨਾਂ ਨੇ ਕਰਨਾ, ਉਹਨਾਂ ਨੇ ਵੇਖਣਾ ਵੀ ਵੈਬਸਾਈਟ ਦੇ ਉੱਪਰ ਇਸ ਕੰਪਨੀ ਨੇ ਬੰਦੇ ਚਾਹੀਦੇ ਆ, ਉਹ ਸਿੱਧੇ ਹੀ ਉਸ ਕੰਪਨੀ 'ਚ ਚਲ ਜਾਂਦੇ ਆ ਵੀ ਅਸੀਂ ਤੁਹਾਨੂੰ ਕੁਝ ਕੁ ਪੈਸੇ ਦਿੰਦੇ ਹਾਂ, ਅਤੇ ਤੁਸੀਂ ਬੰਦਾ ਜਿਹੜਾ ਲੈਣਾ ਉਹ ਤੁਹਾਨੂੰ ਅਸੀਂ ਦਿੰਦੇ ਹਾਂ,
ਕਿਉਂਕਿ ਸਾਡੇ ਐਵੇਂ ਕਹਿ ਦਿੰਦੇ ਵੀ ਸਾਡੇ ਰੈਲੇਟਿਵ ਆ ਜੀ, ਕੋਈ ਕਹਿੰਦਾ ਇੰਡੀਆ 'ਚ ਆ, ਕੋਈ ਕਹਿੰਦਾ ਪਾਕਿਸਤਾਨ ਜਾਂ ਬੰਗਲਾਦੇਸ਼ 'ਚੋਂ ਆ, ਤਾਂ ਉਹ ਸਿੱਧੇ ਹੀ ਜਾ ਕੇ ਕੰਪਨੀ ਦੇ ਕੋਲ ਚਲ ਜਾਂਦੇ ਆ, ਫਿਰ ਕੰਪਨੀ ਉਹਨਾਂ ਨੂੰ ਸਿੱਧੇ ਹੀ ਉਹਨਾਂ ਦੇ ਕੋਲੋਂ ਡਾਇਰੈਕਟ ਜਿਹੜੀ ਉਹ ਹਾਇਰ ਕਰ ਲੈਂਦੀ ਆ, ਅਤੇ ਉਹਨਾਂ ਇਸ ਤਰੀਕੇ ਦੇ ਨਾਲ ਇਹ ਜਿਹੜੀ ਸਾਰੀ ਗੇਮ ਕਈ ਵਾਰੀ ਘੁੰਮ ਜਾਂਦੀ ਆ, ਅਤੇ ਜਿਹੜੇ ਔਨਲਾਈਨ ਅਪਲਾਈ ਕਰਦੇ ਰਹਿੰਦੇ ਆ ਫਿਰ ਉਹਨਾਂ ਨੂੰ ਘੱਟ ਵੀਜ਼ੇ ਮਿਲਦੇ ਆ, ਜਿਹੜੇ ਉੱਥੇ ਜਾ ਕੇ ਡਾਇਰੈਕਟਲੀ ਉੱਧਰ ਵਿਜ਼ਿਟ ਕਰ ਲੈਂਦੇ ਉਹਨਾਂ ਦੇ ਆਫਿਸ ਦੇ ਵਿੱਚ, ਕਿਉਂਕਿ ਇੱਥੇ ਸਿੱਧਾ ਮਾਲਕ ਨਹੀਂ ਭਰ ਸਕਦਾ ਪੇ ਵੈਬਸਾਈਟ ਦੇ ਉੱਪਰ। ਇਟਲੀ ਦਾ ਰੂਲ ਆ ਕਿ ਉਹ ਪਹਿਲਾਂ ਗੌਰਮੈਂਟ ਨੂੰ ਦੱਸਦੇ ਆ, ਗੌਰਮੈਂਟ ਦੇ ਵੱਲੋਂ ਆਥੋਰਾਈਜ਼ਡ ਜਿਹੜੀਆਂ ਉਹਨਾਂ ਦੀਆਂ ਕੰਪਨੀਆਂ, ਫਿਰ ਉਹਨਾਂ ਦੇ ਰਾਹੀਂ ਉਹ ਬੰਦੇ ਜਿਹੜੇ ਆ ਉਹ ਮੰਗਾਉਂਦੇ ਆ ਸੀਜ਼ਨਲ ਵਰਕ ਪਰਮਿਟ ਦੇ। ਸੋ ਜਿਨ੍ਹਾਂ ਨੇ ਵੀ ਅਪਲਾਈ ਕਰਨਾ ਉਹ ਹੁਣ ਤੁਸੀਂ ਸ਼ੁਰੂ ਕਰ ਦਿਓ, ਅੱਜ ਦੂਸਰਾ ਦਿਨ ਹੋ ਗਿਆ, ਅਤੇ ਤੁਸੀਂ ਆਪਣਾ ਸੀ ਵੀ ਵਗੈਰਾ ਬਣਾ ਕੇ ਕਵਰ ਲੈਟਰ ਬਣਾ ਕੇ ਵਧੀਆ ਤਰੀਕੇ ਦੇ ਨਾਲ ਤੁਸੀਂ ਅਪਲਾਈ ਕਰੋ, ਟਰਾਈ ਕਰੋ, ਕੋਈ ਪਤਾ ਨਹੀਂ ਕਦੋਂ ਕਿਸੇ ਦੀ ਕਿਸਮਤ ਜਿਹੜੀ ਆ ਉਹ ਸਾਥ ਦੇਵੇ ਅਤੇ ਤੁਹਾਡਾ ਤੁੱਕਾ ਲੱਗ ਜੇ। ਤੁਸੀਂ ਇਟਲੀ ਬੜੇ ਆਸਾਨੀ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਜਾ ਸਕਦੇ ਹੋ। ਆ ਵੈਬਸਾਈਟ ਦੀ ਸਕਰੀਨਸ਼ੋਟ ਮੈਂ ਲਿਸਟ ਪਾ ਰਿਹਾ ਵੇਖੋ ਉੱਪਰ ਤੁਸੀਂ, ਅਤੇ ਇਹ ਵੈਬਸਾਈਟ ਨੇ, ਅਤੇ ਇਹਨਾਂ ਦੇ ਲਿੰਕ ਕੁਝ ਕੁ ਦੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦਿਆਂਗਾ, ਤੁਸੀਂ ਡਿਸਕ੍ਰਿਪਸ਼ਨ 'ਚ ਜਾ ਕੇ ਵੀ ਚੈੱਕ ਕਰ ਲਿਓ। ਸੋ ਤੁਸੀਂ ਆਪਣੇ ਲੱਕ ਜਮਾ ਕੇ ਵੇਖੋ, ਆਪ ਤੁਸੀਂ ਭਰ ਕੇ ਵੇਖੋ ਪੇਪਰ, ਅਤੇ ਡਾਕੂਮੈਂਟਸ ਤੁਹਾਨੂੰ ਫਿਰ ਵੀ ਮੈਂ ਦੱਸ ਰਿਹਾ ਦੁਬਾਰਾ ਵੀ ਕਿ ਵੀਡੀਓ ਮੈਂ ਦੋ ਬਣਾਈਆਂ ਨੇ, ਅਤੇ ਇੱਕ ਦੇ ਵਿੱਚ ਮੈਂ ਜਾਣਕਾਰੀ ਜਿਹੜੀ ਪਿਛਲੀ ਵੀਡੀਓ ਉਹਦੇ ਵਿੱਚ ਦਿੱਤੀ ਹੈ ਜਾਣਕਾਰੀ, ਲਿੰਕ ਫਿਰ ਆਈ ਬਟਨ 'ਤੇ ਆ ਰਿਹਾ, ਤੁਸੀਂ ਕਲਿੱਕ ਕਰੋ, ਜਿਨ੍ਹਾਂ ਦੇ ਪੇਪਰ ਨਿਕਲ ਆਉਣਗੇ ਫਿਰ ਉਹਨਾਂ ਨੇ ਅੱਗੇ ਅਪਲਾਈ ਕਿਵੇਂ ਕਰਨਾ, ਕਿਹੜੇ ਕਿਹੜੇ ਡਾਕੂਮੈਂਟਸ ਉਹਨਾਂ ਦੇ ਨਾਲ ਲੈ ਕੇ VFS ਅੰਬੈਸੀ ਜਾਣਾ, ਕਿੱਦਾਂ ਅਪੁਆਇੰਟਮੈਂਟ ਲੈਣੀ ਹੈ, ਇਹ ਸਾਰੀ ਜਾਣਕਾਰੀ ਉਸ ਵੀਡੀਓ ਦੇ ਵਿੱਚ ਆ। ਅਪਲਾਈ ਕਰਕੇ ਟਰਾਈ ਕਰਕੇ ਵੇਖੋ ਤਾਂ ਕਿ ਤੁਸੀਂ ਉੱਥੇ ਆਸਾਨੀ ਦੇ ਨਾਲ ਅਤੇ ਘੱਟ ਖਰਚੇ ਦੇ ਵਿੱਚ, 190 ਯੂਰੋ ਫੀਸ ਹੈ ਵੈਸੇ ਤਾਂ ਖਰਚਾ ਜਿਹੜਾ ਆਉਂਦਾ ਅੰਦਰ, ਅਤੇ ਪਰ ਬਾਕੀ ਪਾ ਪੂ ਕੇ ਸਾਰਾ ਚਲੋ ਜਿੱਦਾਂ ਵੀ ਕਿਸੇ ਦੀ ਸੈਟਿੰਗ ਆਉਂਦੀ, ਕੋਈ ਏਜੰਟ 8 ਲੱਖ ਮੰਗੀ ਜਾਂਦਾ, ਕੋਈ 10 ਮੰਗੀ ਜਾਂਦਾ, ਕੋਈ 12 'ਤੇ ਬੈਠਾ, ਕੋਈ 14 'ਤੇ ਆ। ਸੋ ਹਰ ਇੱਕ ਦਾ ਹੀ ਏਜੰਟਾਂ ਦੇ ਆਪਣੇ ਆਪਣੇ ਰੇਟ ਨੇ, ਆਪਣੇ ਆਪਣੇ ਤਰੀਕੇ ਨੇ, ਪਰ ਤੁਸੀਂ ਇੱਕ ਵਾਰੀ ਖੁਦ ਆਪਣੇ ਆਪ 'ਤੇ ਕੌਨਫੀਡੈਂਸ ਰੱਖ ਕੇ ਥੋੜ੍ਹਾ ਜਿਹਾ ਭਰੋਸਾ ਰੱਖ ਕੇ ਥੋੜ੍ਹਾ ਜਿਹਾ ਆਪਣੇ ਆਪ 'ਤੇ ਆਪਣੀ ਕਿਸਮਤ ਨੂੰ ਅਜਮਾਓ, ਆਪ ਥੋੜ੍ਹੀ ਜਿਹੀ ਹਿੰਮਤ ਮਾਰੋ ਅਤੇ CV ਆਪਣੇ ਬਣਾ ਕੇ ਅਤੇ ਇੱਥੇ ਅਪਡੇਟ ਕਰ ਦਿਉ। ਅਤੇ ਇਹ ਨਾ ਸੋਚੋ ਕਿ 27 ਤਰੀਕ ਹੈ ਅਤੇ 28 ਜਾਂ 29 30 ਦਸੰਬਰ ਤੱਕ ਚੱਲਣੀ ਆ, ਅਤੇ ਕੋਈ ਪਤਾ ਨਹੀਂ ਕਿਹਦੇ ਵੇਲੇ ਕਿਹਦੀ ਕਿਸਮਤ ਖੁੱਲ੍ਹ ਜਾਣੀ ਆ। ਸੋ ਅਪਲਾਈ ਕਰੋ, ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣੀ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਸਤਿ ਸ਼੍ਰੀ ਅਕਾਲ, ਰੱਬ ਰਾਖਾ।